ਪਿਛਲੇ ਵੀਕ ਉਹਨਾਂ ਜਿਨ੍ਹਾਂ ਨੂੰ ਕਿ ਰੂਰਲ ਓਲੰਪਿਕਸ ਕਿਹਾ ਜਾਂਦਾ ਹੈ ਉਹ ਖੇਡਾਂ ਕਿਲ੍ਹਾ ਰਾਜਪੁਰ ਵਿੱਚ ਸੰਪੰਨ ਹੋਈਆਂ ਔਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪੰਜਾਬੀ ਸੱਭਿਆਚਾਰ ਔਰ ਪੰਜਾਬੀ ਕਲਾ ਨੂੰ ਪ੍ਰਸਤੁਤ ਕੀਤਾ ਗਿਆ ਔਰ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਰੂਪਾਂ ਨੂੰ ਵੀ ਉੱਥੇ ਦਰਸਾਇਆ ਗਿਆ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਪੰਜਾਬ ਵਿੱਚ ਇਹ ਜੋ ਦੋ ਖੇਡਾਂ ਹਨ ਪੰਜਾਬੀ ਕਬੱਡੀ ਅਤੇ ਕੁਸ਼ਤੀ ਇਹ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਹਨ। ਕਬੱਡੀ ਦਾ ਜੋ ਇਤਿਹਾਸਿਕ ਪਿਛੋਕੜ ਹੈ ਉਹ ਬਹੁਤ ਹੀ ਪੁਰਾਣਾ ਹੈ। ਅਸੀਂ ਦੇਖਦੇ ਹਾਂ ਕਿ ਮਹਾਂਭਾਰਤ ਜੋ ਭਾਰਤ ਦੇ ਵਿੱਚ ਜਿਸ ਅਸੀਂ ਪੜ੍ਹਦੇ ਹਾਂ ਉਸ ਦੇ ਵਿੱਚ ਅਭਿਮਨਿਊ ਨੂੰ ਜਦੋਂ ਚੱਕਰਵਿਊਹ ਦੇ ਵਿੱਚ ਵਸਾਇਆ ਗਿਆ ਸੀ ਉਹ ਇੱਕ ਕਬੱਡੀ ਦੀ ਸ਼ੁਰੂਆਤ ਸੀ ਔਰ ਕਬੱਡੀ ਨੂੰ ਉੱਥੋਂ ਹੀ ਜਨਮ ਪ੍ਰਾਪਤ ਹੋਇਆ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਬੱਡੀ ਜੋ ਹੈ ਇਹ ਇਕੱਲੀ ਪੰਜਾਬ ਦੀ ਨਹੀਂ ਪੂਰੇ ਭਾਰਤ ਦੀ ਇੱਕ ਨੈਸ਼ਨਲ ਜੋ ਖੇਡ ਹੈ ਉਹ ਬਣੀ। ਕਬੱਡੀ ਜੋ ਹੈ ਇਸ ਦੇ ਵਿੱਚ ਇਹ ਟੀਮ ਵਰਕ ਹੈ ਜਿਸ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ। ਬਹੁਤ ਹੀ ਸਾਦੀ ਅਤੇ ਸਧਾਰਨ ਗੇਮ ਹੈ ਪਰ ਇਸ ਦੇ ਵਿੱਚ ਜੋ ਸਰੀਰਕ ਜੋ ਯੋਗਤਾ ਹੈ ਉਸਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਜੋ ਕੁਸ਼ਤੀ ਹੈ ਕੁਸ਼ਤੀ ਦਾ ਜੋ ਆਰੰਭ ਹੈ ਉਹ ਈਰਾਨ ਦੇ ਵਿੱਚ ਹੋਇਆ ਪਰਸ਼ੀਅਨ ਔਰ ਉੱਥੋਂ ਹੀ ਇਹ ਪਹਿਲਵਾਨੀ ਕੁਸ਼ਤੀ ਭਾਰਤ ਦੇ ਵਿੱਚ ਆਈ ਔਰ ਇਸ ਦਾ ਜੋ ਪਿਛੋਕੜ ਹੈ ਇਹ ਵੀ ਬਹੁਤ ਪੁਰਾਣਾ ਹੈ। ਔਰ ਕੁਸ਼ਤੀ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਪਹਿਲਵਾਨ ਜੋ ਹੈ ਉਹ ਆਪਣੇ ਜ਼ੋਰ ਦੁਆਰਾ ਜਿੱਤ ਪ੍ਰਾਪਤ ਕਰਦਾ ਹੈ ਔਰ ਇਹ ਦੋਨੋਂ ਹੀ ਖੇਡਾਂ ਪੰਜਾਬ ਦੇ ਵਿੱਚ ਇਹਨਾਂ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੈ। ਅਸੀਂ ਦੇਖਦੇ ਹਾਂ ਕਿ ਕੁਸ਼ਤੀਆਂ ਦੇ ਖੇਤਰ ਵਿੱਚ ਵੱਡੇ ਵੱਡੇ ਪਹਿਲਵਾਨ ਜਿਵੇਂ ਗਾਮਾ ਪਹਿਲਵਾਨ ਚਾਹੇ ਉਹ ਕਰੀਮ ਬਖਸ਼ ਹਰਵੰਸ ਸਿੰਘ ਵਰਗੇ ਬਹੁਤ ਵੱਡੇ ਵੱਡੇ ਪਲੇਅਰ ਬਹੁਤ ਵੱਡੇ ਵੱਡੇ ਰੈਸਲਰਸ ਪੈਦਾ ਹੋਏ ਔਰ ਅੱਜ ਵੀ ਅਜਿਹੇ ਲੋਕ ਹਨ ਜੋ ਇਹਨਾਂ ਚੀਜ਼ਾਂ ਨੂੰ ਜਾਰੀ ਰੱਖ ਰਹੇ ਹਨ ਔਰ ਇਸੇ ਤਰ੍ਹਾਂ ਜੇ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਨੇ ਇਹ ਕੁਸ਼ਤੀ ਮੁਕਾਬਲਾ ਜਲੰਧਰ ਜ਼ਿਲ੍ਹੇ ਵਿੱਚ ਪਿੰਡ ਰੇੜੂ ਵਿਖੇ ਕਰਵਾਇਆ ਔਰ ਜਿਸ ਦੇ ਤੁਸੀਂ ਝਲਕ ਪਹਿਲਾਂ ਦੇਖ ਚੁੱਕੇ ਹੋ ਹੋਰ ਵੀ ਉਸ ਦੀਆਂ ਝਲਕੀਆਂ ਅਸੀਂ ਤੁਹਾਨੂੰ ਦਿਖਾਉਣ ਵਾਸਤੇ ਜਾ ਰਹੇ ਹਾਂ ਆਓ ਦੇਖਦੇ ਹਾਂ ਕੁਝ ਹੋਰ ਝਲਕੀਆਂ। ਚੱਲ ਚੱਲ ਚੱਲ
ਚੱਲ ਚੱਲ ਚੱਲ ਚੱਲ ਚੱਲ ਬੈਠ ਲੈ 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 ਪੈਣ ਲੈ ਲੈ ਬੰਦਾ ਬੁੱਧੀ ਲੈ ਤੇ ਲੈ ਲੈ ਪੈਣ ਚੱਲ ਚੱਲ ਸਾਈ ਤੱਕ